ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ। ਮੈਂ ਡਾਕਟਰ ਰਮਨ ਚਾਵਲਾ, ਹਾਰਟ ਸਪੈਸ਼ਲਿਸਟ ਹਾਂ, ਜਿਹੜਾ 20 ਸਾਲਾਂ ਤੋਂ ਮੈਂ ਜਲੰਧਰ ਕੇਅਰ ਮੈਕਸ ਹੋਸਪਿਟਲ ਗੁਰੂ ਨਾਨਕ ਮਿਸ਼ਨ ਚੌਂਕ 'ਚ ਕੰਮ ਕਰਦਾ ਪਿਆ ਵਾ। ਤੁਹਾਨੂੰ ਮੈਂ ਅੱਜ ਇੱਕ ਦੱਸਾਂਗਾ, ਜਿਹੜੀ ਬੱਚੇਦਾਨੀ ਦੇ ਰਸੋਲੀਆਂ ਹੁੰਦਾ ਵੈ, ਅਸੀਂ ਉਹਦਾ ਇਲਾਜ ਕਿਵੇਂ ਕਰ ਸਕਦੇ ਹਾਂ। ਪਹਿਲੀ ਗੱਲ ਤਾਂ ਇਹ ਵੈ, ਜਿਹੜੀ ਬੱਚੇਦਾਨੀ ਰਸੋਲੀਆਂ ਹੁੰਦੀਆਂ ਵੈ, ਜਦੋਂ ਬੱਚੇ ਨੂੰ ਲੜਕੀ ਨੂੰ ਮਹਾਂਵਾਰੀ ਆਉਂਦੀ ਹੈ, ਉਦੋਂ ਉਹਨੂੰ ਪੇਨ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਨਾਲੇ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੈ। ਜਿਹੜੀਆਂ ਇਹ ਰਸੋਲੀਆਂ ਹੁੰਦੀਆਂ ਵੈ, ਇਹ ਬੱਚਿਆਂ ਦੇ ਅੰਦਰ ਹੁੰਦੀਆਂ ਵੈ। ਪਹਿਲੀ ਗੱਲ ਤਾਂ ਧਿਆਨ ਰੱਖਣਾ, ਇਹ ਰਸੋਲੀਆਂ ਕਦੀ ਵੀ ਕੈਂਸਰ ਨਹੀਂ ਹੁੰਦੀਆਂ, ਕਦੀ ਵੀ ਕੈਂਸਰ 'ਚ ਨਹੀਂ ਬਦਲ ਸਕਦੀਆਂ। ਇਹਨੂੰ ਇਲਾਜ ਕਰਾਉਣਾ ਜ਼ਰੂਰ ਚਾਹੀਦਾ ਵੈ। ਅਗਰ ਬੱਚੀ ਨੂੰ, ਬੇਟੀ ਨੂੰ ਬਲੀਡਿੰਗ ਬਹੁਤ ਜ਼ਿਆਦਾ ਹੁੰਦੀ ਹੋਵੇ, ਹਰ ਮਹਾਵਾਰੀ 'ਚ ਖੂਨ ਜ਼ਿਆਦਾ ਪੈਂਦਾ ਹੋਵੇ, ਜਾਂ ਉਹਨੂੰ ਪੇਟ ਦਰਦ ਬਹੁਤ ਜ਼ਿਆਦਾ ਹੁੰਦਾ ਹੋਵੇ, ਹੁਣ ਅਸੀਂ ਕਰਨਾ ਕੀ ਹੁੰਦਾ ਵੈ, ਅਸੀਂ ਪਹਿਲੇ ਦੇਖਣਾ ਹੁੰਦਾ ਵੈ ਰਸੋਲੀਆਂ ਹੈ ਕਿੱਥੇ ਹੈ। ਸਿੰਪਲ ਇੱਕ ਸਕੈਨਿੰਗ ਹੁੰਦੀ ਜਿੱਥੋਂ ਪਤਾ ਲੱਗ ਜਾਂਦਾ ਕਿ ਬੱਚਿਆਂ ਦੀਆਂ ਰਸੋਲੀਆਂ ਕਿੱਥੇ ਕਿੱਥੇ ਹੈਗੀਆਂ। ਰਸੋਲੀਆਂ ਦੇ ਇਲਾਜ ਅਲੱਗ ਅਲੱਗ ਹੁੰਦੇ ਸੀ। ਇੱਕ ਰਸੋਲੀਆਂ ਦਾ ਇਲਾਜ ਕਹਿਣ ਨੂੰ ਬੜਾ ਸੌਖਾ ਹੈ ਕਿ ਬੱਚੇਦਾਨੀ ਕੱਢ ਦਿਓ, ਨਾ ਰਹੇਗੀ ਬੱਚੇਦਾਨੀ, ਨਾ ਰਹਿਣਗੀਆਂ ਰਸੋਲੀਆਂ। ਪਰ ਭੈਣ ਜੀ, ਹਰ ਚੀਜ਼ ਪੋਸੀਬਲ ਨਹੀਂ ਨਾ ਹੈਗਾ। ਮੰਨ ਲਓ ਬੱਚਾ, ਫੈਮਿਲੀ ਹਜੇ ਪੂਰੀ ਨਹੀਂ ਹੋਈ, ਲੇਡੀ ਦਾ ਵਿਆਹ ਨਹੀਂ ਹਜੇ ਹੋਇਆ, ਜਾਂ ਭਾਵੇਂ ਫੈਮਿਲੀ ਪੂਰੀ ਹੋ ਗਏ ਹੋਏ, ਭਾਵੇਂ ਬੱਚੇ ਪੂਰੇ ਹੋ ਗਏ, ਵਿਆਹ ਵਗੈਰਾ ਹੋ ਗਿਆ ਹੋਵੇ, ਫਿਰ ਵੀ ਬੱਚੇਦਾਨੀ ਕਢਾਉਣੀ ਇੱਕ ਛੋਟੀ ਗੱਲ ਤਾਂ ਨਹੀਂ ਹੈ ਨਾ। ਨਾਲੇ ਬੱਚੇਦਾਨੀ ਕਢਾਉਣ ਵਾਸਤੇ ਪਹਿਲੇ ਬੇਹੋਸ਼ ਕਰੋ, 4 ਤੋਂ 5 ਬੋਤਲਾਂ ਬਲੱਡ ਦੀ ਲੋੜ ਹੁੰਦੀ ਜੇ, ਬੰਦੇ ਨੂੰ 3 ਦਿਨ 4 ਦਿਨ ਹਸਪਤਾਲ ਰਹਿਣਾ ਪੈ ਜਾਂਦੇ ਨੇ, ਬੇਟੀ ਦੇ ਪੇਟ 'ਤੇ ਸਕਾਰ ਪੈ ਜਾਂਦੇ ਨੇ ਅਤੇ ਇਨਫੈਕਸ਼ਨ ਦਾ ਖਤਰਾ ਆਪਣਾ। ਸੋ ਪਹਿਲੀ ਗੱਲ ਤਾਂ ਹੈ ਓਪਰੇਸ਼ਨ, ਅੱਜ ਕੱਲ੍ਹ ਤਾਂ ਓਪਰੇਸ਼ਨ ਕਰਵਾਉਣ ਦੀ ਲੋੜ ਹੀ ਹੈ ਨਹੀਂ। ਸੋ ਬੱਚੇਦਾਨੀ ਰਸੋਲੀਆਂ ਵਾਸਤੇ ਪੁਰਾਣਾ ਇਲਾਜ ਦਾ ਓਪਰੇਸ਼ਨ ਸੀ, ਅੱਜ ਕੱਲ੍ਹ ਰਸੋਲੀਆਂ ਨੂੰ ਇਲਾਜ ਵਾਸਤੇ ਓਪਰੇਸ਼ਨ ਦੀ ਲੋੜ ਨਹੀਂ ਹੈ। ਹੁਣ ਗੱਲ ਕਰੀਏ ਦੂਜਾ ਇਲਾਜ ਕਿਹੜਾ, ਫਿਰ ਤੀਜਾ ਇਲਾਜ ਕਿਹੜਾ। ਦੂਜਾ ਇਲਾਜ ਹੈਗਾ ਕਿ ਮੰਨ ਲਓ ਰਸੋਲੀ ਇੱਕ ਅੱਧੀ ਹੋਵੇ, ਤੁਸੀਂ ਥੱਲਿਓ ਹੀ ਉਹਨੂੰ ਹੁੱਕ ਨਾਲ ਬਾਹਰ ਕੱਢ ਦਿਓ। ਉਹਦੇ ਨਾਲ ਕੀ ਹੁੰਦਾ ਵੈ, ਜਿਹੜੀਆਂ ਛੋਟੀਆਂ ਰਸੋਲੀਆਂ ਵੈ ਉਹ ਨਹੀਂ ਜਾ ਸਕਦੀਆਂ, ਸਾਰੀਆਂ ਰਸੋਲੀਆਂ ਨਹੀਂ ਕੱਢੀ ਜਾ ਸਕਦੀਆਂ। ਜਿਵੇਂ ਜਿਵੇਂ ਸਾਨੂੰ ਕਿਸੇ ਤਰੀਕੇ ਇਲਾਜ ਕਰਨ ਦੇ ਤਰੀਕੇ ਦੇ ਨੁਕਸਾਨ ਪਤਾ ਲੱਗਦੇ ਆ, ਨਵੇਂ ਤਰੀਕੇ ਬਣ ਜਾਂਦੇ ਆ। ਅੱਜ ਕੱਲ੍ਹ ਸਭ ਤੋਂ ਵੱਡਾ ਨਵਾਂ ਤਰੀਕਾ ਹੈ ਜੀ, ਉਹ ਰਸੋਲੀਆਂ ਨੂੰ ਅਸੀਂ ਜਦੋਂ ਇਲਾਜ ਕਰਨਾ ਹੋਵੇ, ਅਸੀਂ ਰਸੋਲੀਆਂ ਦੀ ਖੁਰਾਕ ਹੀ ਬੰਦ ਕਰ ਦਿੰਦੇ ਹਾਂ। ਕੀ ਮਤਲਬ, ਜਿਹੜੀ ਖੂਨ ਦੀ ਨਾੜੀ ਰਸੋਲੀ ਨੂੰ ਖੁਰਾਕ ਵਾਸਤੇ ਖੂਨ ਦੇ ਰਹੀ ਹੈ, ਤੁਸੀਂ ਉਸ ਨਾੜੀ ਨੂੰ ਹੀ ਬੰਦ ਕਰ ਦਿਓ। ਅਸੀਂ ਜਾਂਘ ਦੀ ਨਾੜ ਚੋਂ ਤਾਰ ਲੈ ਕੇ ਜਾਂਦੇ ਹਾਂ, ਜਿਹੜੀ ਉਹ ਰਸੋਲੀ ਦੇ ਕੋਲ ਪਹੁੰਚ ਕੇ ਉਹ ਨਾੜੀ ਜਿਹੜੀ ਰਸੋਲੀ ਨੂੰ ਖੂਨ ਦੇ ਰਹੀ ਹੈ, ਅਸੀਂ ਉਹ ਰਸੋਲੀ ਦੀ ਨਾੜੀ ਨੂੰ ਬੰਦ ਕਰ ਦਿੰਦੇ ਹਾਂ ਪਿੱਛੋਂ ਇੱਕ ਦਵਾਈ ਛੱਡ ਕੇ। ਜਦੋਂ ਉਹ ਨਾੜੀ ਬੰਦ ਹੋ ਜਾਂਦੀ ਹੈ, ਰਸੋਲੀਆਂ ਨੂੰ ਖੂਨ ਨਹੀਂ ਜਾਂਦਾ ਤੇ ਰਸੋਲੀਆਂ ਸੁੰਗੜ ਜਾਂਦੀਆਂ। ਬਹੁਤ ਵਧੀਆ ਇਲਾਜ ਹੈ। ਕਿਉਂ, ਬੇਹੋਸ਼ ਨਹੀਂ ਕਰਨਾ, ਕੋਈ ਕੱਟ ਵੱਟ ਕਰਨ ਦੀ ਲੋੜ ਨਹੀਂ, ਕੋਈ ਬਲੱਡ ਦੇਣ ਦੀ ਲੋੜ ਨਹੀਂ। ਮਰੀਜ਼ ਉਸੇ ਦਿਨ ਜਾਂ ਅਗਲੇ ਦਿਨ ਘਰ ਚਲੇ ਜਾਂਦਾ ਜੇ। ਸਭ ਤੋਂ ਵੱਡੀ ਗੱਲ ਹੈ ਕਿ ਕੋਈ ਨਿਸ਼ਾਨ ਹੀ ਨਹੀਂ ਤੇ ਨਾ ਹੀ ਬੱਚੇਦਾਨੀ ਕੱਢੀ। ਸੋ ਤਾਰ ਨਾਲ ਬੱਚੇਦਾਨੀ ਦੀ ਰਸੋਲੀਆਂ ਦਾ ਇਲਾਜ ਕਰਵਾਉਣ ਦੇ ਆਪਣੇ ਬਹੁਤ ਜ਼ਿਆਦਾ ਫਾਇਦਾ ਜੇ। ਇੱਕ ਵੱਡਾ ਫਾਇਦਾ ਹੋਰ ਵੀ ਹੈਗਾ, ਭੈਣ ਜੀ ਸੋਚੋ, ਅਗਰ ਬੱਚੇਦਾਨੀ ਕੱਢ ਦਿੱਤੀ, ਬੱਚਾ ਤਾਂ ਕਦੀ ਨਹੀਂ ਹੋ ਸਕਦਾ ਨਾ। ਹੁਣ ਜਦ ਦੂਜਾ ਇਲਾਜ ਕਰਾਂਗੇ, ਉਹਦੇ ਨਾਲ ਬੱਚਾ ਹੋਣ ਦੀ ਉਮੀਦ ਤਾਂ ਬਣ ਗਈ, ਬੱਚਾ ਹੋਣ ਦੀ ਉਮੀਦ ਬਣ ਜਾਂਦੀ ਜੇ। ਤੁਸੀਂ ਅਗਰ ਰਸੋਲੀਆਂ ਦੇ ਮਗਰ ਨਾ ਠੋਕ, ਰਸੋਲੀਆਂ ਬਿਲਕੁਲ ਖਤਮ ਹੋ ਜਾਣ, ਖਤਮ ਨਹੀਂ ਹੁੰਦੀਆਂ ਰਸੋਲੀਆਂ ਚੜ੍ਹ ਤੋਂ। ਮਰੀਜ਼ ਨੂੰ ਬਲੀਡਿੰਗ ਜ਼ਿਆਦਾ ਨਹੀਂ ਹੁੰਦੀ, ਮਰੀਜ਼ ਨੂੰ ਦਰਦ ਖਤਮ ਹੋ ਜਾਂਦੀ ਹੈ, ਉਹਦੇ ਪੀਰੀਅਡਸ ਨੋਰਮਲ ਹੋ ਜਾਂਦੇ ਆ। 90% ਲੋਕਾਂ ਦੇ ਉਸਦਾ ਨੋਰਮਲ ਪੀਰੀਅਡ ਆਉਂਦੇ ਆ, ਬਿਨਾਂ ਦਰਦ ਤੋਂ ਅਤੇ ਬਿਨਾਂ ਬਲੀਡਿੰਗ ਜ਼ਿਆਦਾ ਹੋਣ ਤੋਂ। ਕੁਛ ਲੋਕਾਂ ਨੂੰ ਅਸੀਂ ਇਹ ਨਹੀਂ ਕਹਿੰਦੇ, ਲੇਕਿਨ ਬੱਚੇ ਰਸੋਲੀ ਬੱਚੇ ਦਾ ਨਹੀਂ ਕੱਢੋ ਤਾਂ ਬੱਚਾ ਕਦੀ ਹੋ ਸਕਦਾ। ਕੁਛ ਲੋਕਾਂ ਨੂੰ ਇਸ ਇਲਾਜ ਤੋਂ ਬਾਅਦ ਬੱਚਾ ਵੀ ਨੋਰਮਲ ਹੋ ਸਕਦਾ ਹੈਗਾ ਜੇ। ਕਦੇ ਯੰਗ ਲੜਕੀਆਂ ਹੈਗੀਆਂ, ਉਹਨਾਂ ਵਾਸਤੇ ਹੋਰ ਕੋਈ ਆਪਸ਼ਨ ਨਹੀਂ ਬਚਦੀ, ਜਾਂ ਜਿਹੜਾ ਆਪਰੇਸ਼ਨ ਹੋ ਹੀ ਨਹੀਂ ਸਕਦਾ, ਸਭ ਤੋਂ ਵਧੀਆ ਆਪਰੇਸ਼ਨ ਕਰਾਉਣਾ ਚਾਹੁੰਦੇ ਨੇ, ਆਪਰੇਸ਼ਨ ਦੇ ਆਪਣੇ ਖਤਰੇ ਜ਼ਿਆਦਾ ਹੁੰਦੇ ਆ। ਸੋ ਨਵਾਂ ਇਲਾਜ ਬੱਚੇਦਾਨੀ ਦੇ ਰਸੋਲੀਆਂ ਦਾ, ਜੇ ਅਸੀਂ ਉਹ ਰਸੋਲੀਆਂ ਦੀ ਖੂਨ ਦੀ ਨਾੜੀ ਨੂੰ ਬੰਦ ਕਰ ਦਿੰਦੇ ਹਾਂ, ਬਿਨਾਂ ਕੱਟ ਵੱਟ, ਬਿਨਾਂ ਬੇਹੋਸ਼, ਬਿਨਾਂ ਪੇਸ਼ੈਂਟ ਨੂੰ ਬਲੱਡ ਦਿੱਤੇ ਹੋਏ। ਉਮੀਦ ਕਰਨਾ ਵਾ ਤੁਹਾਨੂੰ ਇੱਕ ਨਵੀਂ ਤਕਨੀਕ ਬਾਰੇ ਪਤਾ ਲੱਗਾ ਵੈ, ਲੋੜ ਨਾ ਪਵੇ, ਅਗਰ ਲੋੜ ਪਵੇ ਤੇ ਇਹ ਤਕਨੀਕ ਤੁਸੀਂ ਕਰਵਾ ਸਕਦੇ ਹੋ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਜੀ।